ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸਾਰਿਆਂ ਦਾ ਹਰਮਨ ਪਿਆਰਾ ਰਾਜਾ ਚੁੱਲ੍ਹੇ ਵਾਲਾ ਲੈ ਕੇ ਆ ਗਿਆ ਜੀ ਇੱਕ ਨਵੀਂ ਵੀਡੀਓ। ਤੇ ਅੱਜ ਵਾਲੀ ਵੀਡੀਓ ਆਪਾਂ ਬਣਾਉਣ ਚੱਲੇ ਆ। ਤੇ ਪਿੰਡ ਦਾ ਨਾਮ ਫਿਲਹਾਲ ਮੈਨੂੰ ਯਾਦ ਨਹੀਂ ਆ, ਤੇ ਤੁਹਾਨੂੰ ਮੈਂ ਉੱਥੇ ਪਹੁੰਚ ਕੇ ਦੱਸੂਗਾ। ਬਾਕੀ ਫਤਿਹ ਅੰਬਾ ਦਾ ਲਾ ਕੱਪ ਤੁਹਾਨੂੰ ਕਿਵੇਂ ਦਾ ਲੱਗਾ, ਕਿਉਂਕਿ ਮੈਨੂੰ ਤਾਂ ਬਹੁਤ ਵਧੀਆ ਲੱਗਾ। ਬੜਾ ਹੀ ਵਧੀਆ ਮੈਚ ਹੋਇਆ ਫਾਈਨਲ ਵੀ, ਤੇ ਹੋਰ ਵੀ ਜਿਹੜੇ ਥੋੜੇ ਪਿਛਲੇ ਮੈਚ ਹੋਏ ਨਾ, ਜਿਹੜੇ ਸੈਮੀ ਫਾਈਨਲ ਫਾਈਨਲ, ਬਹੁਤ ਹੀ ਵਧੀਆ ਮੈਚ ਹੋਏ ਸੀ। ਤੇ ਇੱਕ ਗੱਲ ਬਹੁਤ ਵਧੀਆ ਸੀ ਪ੍ਰਬੰਧਕਾਂ ਦੀ, ਕਿਉਂਕਿ ਉੱਥੇ ਇਹਨਾਂ ਨੇ ਜਿਹੜੇ ਬਾਊਂਸਰ ਲਾਏ ਸੀ ਨਾ, ਬੰਦਾ ਉਹਨਾਂ ਨੇ ਗਰਾਊਂਡ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਨਹੀਂ ਜਾਣ ਦਿੱਤਾ ਜਿਹਦੀ ਕੋਈ ਡਿਊਟੀ ਨਹੀਂ ਹੈਗੀ। ਤੇ ਗਰਾਊਂਡ ਬਹੁਤ ਵਧੀਆ ਸੀ ਉੱਥੇ, ਤੇ ਮੈਚ ਵੀ ਬੜੇ ਆਰਾਮ ਨਾਲ ਵੇਖਿਆ। ਮੰਮੀ ਵੀਡੀਓ ਬਾਹਰ ਬਹਿ ਕੇ ਬਣਾਈ, ਗਰਾਊਂਡ ਦੇ ਵਿੱਚ ਇੰਨਾ ਰਸ਼ ਨਹੀਂ ਪਾਇਆ ਕਿਉਂਕਿ ਸਾਰੇ ਉੱਥੇ ਬਾਹਰ ਹੀ ਬੈਠੇ, ਪਰ ਚੰਗੇ ਨਹੀਂ ਲੱਗਦਾ ਗਰਾਊਂਡ ਵਿੱਚ ਖਲੋ ਕੇ। ਤੇ ਵੀਡੀਓ ਬੜੀ ਵਧੀਆ ਬਣੀ ਸੀ, ਘਾਹ ਵਾਲੀ ਗਰਾਊਂਡ ਸੀ, ਬਹੁਤ ਹੀ ਵਧੀਆ ਮੈਚ ਸੀ। ਤੇ ਬਾਕੀ ਹੋਰ ਤੁਹਾਡੇ ਸੋਹਣੇ ਸੋਹਣੇ ਕਮੈਂਟਾਂ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ। ਤੁਸੀਂ ਵੀਡੀਓ ਵੀ ਸ਼ੇਅਰ ਕਰਦੇ ਜੇ, ਆਪਣੀਆਂ ਜਿਹੜੀਆਂ ਸਾਰੀਆਂ ਵੀਡੀਓ ਆ ਬਹੁਤ ਵਧੀਆ ਚੱਲਦੀਆਂ ਪਈਆਂ ਵਾ, ਤੁਹਾਡੇ ਸਾਰਿਆਂ ਦਾ ਕਰਕੇ ਚੱਲਦੀਆਂ ਜੀ। ਤੁਸੀਂ ਦੇਖਦੇ ਜੇ, ਐਂਡ ਤੱਕ ਦੇਖਦੇ ਜੇ, ਹਰ ਵੀਡੀਓ ਮੇਰੀ ਪੂਰੀ ਦੇਖਦੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ। ਅਤੇ ਆਓ ਚੱਲੇ ਆਪਾਂ ਅੱਜ ਵਾਲੇ ਮੈਚ ਦਾ ਵਲੋਗ ਬਣਾਉਣ। ਆਓ ਜੀ ਸਾਰੇ ਜਾਣੇ ਜਾਂਦੇ ਹਾਂ ਮੈਚ 'ਤੇ। ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਲਾਏ ਹੋਏ ਪੌਦੇ ਦਿਖਾਉਂਦਾ ਵਾਂ। ਦੇਖੋ ਆੜੂ ਲੱਗੇ ਆ, ਬੜਾ ਸਵਾਦ ਆੜੂ ਹੁੰਦਾ ਆਹ ਵਾਲੇ ਬੂਟੇ ਦਾ। ਅਤੇ ਆਹ ਸੰਤਰੇ ਆ, ਸੰਤਰਿਆਂ ਦਾ ਬੂਟਾ ਵਾ, ਇਹ ਵੀ ਆਇਆ ਵਾ। ਅਤੇ ਅਨਾਰਾਂ ਦਾ ਬੂਟਾ, ਅਤੇ ਆਹ ਵੀ ਸੰਤਰਿਆਂ ਦਾ ਬੂਟਾ ਵਾ। ਅਤੇ ਇੰਨੇ ਜ਼ਿਆਦਾ ਸੰਤਰੇ ਲੱਗਦੇ ਹੁੰਦੇ ਸੀਜ਼ਨ ਦੇ ਵਿੱਚ ਕਿ ਇਹਦੇ ਜਿਹੜੇ ਆਹ ਸਾਰੇ ਥੱਲੇ ਡਿੱਗ ਜਾਂਦੇ ਹੁੰਦੇ ਪੱਤੇ ਆ, ਵੀ ਉਹ ਨਿੱਘੇ ਨਿੱਘੇ ਲੱਗੇ ਆ, ਸ਼ੁਰੂਆਤ ਹੋ ਗਈ ਆ, ਮਿੱਠੇ ਸੰਤਰੇ ਲੱਗਦੇ ਹੁੰਦੇ। ਅਤੇ ਆਹ ਨਾਖਾਂ ਦਾ ਬੂਟਾ ਵਾ, ਤੁਹਾਡੇ ਰਾਜੇ ਚੁੱਲ੍ਹੇ ਵਾਲੇ ਨੇ ਲਾਇਆ ਵਾ ਆਪਣੀ ਛੋਟੀ ਭੈਣ ਮੰਨਤ ਨਾਲ ਰਲ ਕੇ। ਮੰਨਤ ਰਹਿੰਦੀ ਆ ਜੀ, ਮੇਰੀ ਭੂਆ ਜੀ ਦੀ ਛੋਟੀ ਬੇਟੀ ਆ, ਉਹ ਰਹਿੰਦੀ ਆ ਕੈਲੀਫੋਰਨੀਆ। ਉਹਨੇ ਤਾਂ ਮੈਂ ਲਾਇਆ ਸੀ। ਆਹ ਦੇਖੋ ਨਿੱਘੇ ਨਿੱਘੇ ਲੱਗੇ ਇੱਥੇ ਵੀ, ਆਹ ਦੇਖ ਆਹ ਲੱਗੇ, ਬੜਾ ਮਿੱਠਾ, ਬਹੁਤ ਮਿੱਠਾ ਫਲ ਹੁੰਦਾ ਸਾਰੇ ਬੂਟਿਆਂ ਦਾ। ਮੈਂ ਚੱਲ ਤੁਹਾਨੂੰ ਦਿਖਾ ਦਈਏ। ਅਤੇ ਮੈਂ ਵੀਡੀਓ ਵੀ ਇੰਨਾ ਚਿਖ ਲੋ ਕੇ ਬਣਾਉਂਦਾ ਹੁੰਦਾ, ਮੈਂ ਜਿਹੜਾ ਆਇਆ ਹੁੰਦਾ ਸ਼ਾਮੀ ਉੱਥੇ ਬਹਿ ਕੇ, ਹੁਣ ਸ਼ੁਰੂਆਤ ਵਾਲੀ ਵੀਡੀਓ ਇੱਥੇ ਬਣਾ ਲਈ ਦੀ ਆ। ਪਹੁੰਚ ਗਿਆ ਜੀ ਆਪਾਂ ਪਿੰਡ ਜਿੱਥੇ ਮੈਚ ਸੀ, ਘਣੀਏ ਕੇ ਬਾਂਗਰ ਗੁਰਦਾਸਪੁਰ। ਤੇ ਫਿਲਹਾਲ ਥੋੜੀ ਜਿਹੀ ਭੁੱਖ ਲੱਗੀ ਆ, ਤੇ ਮੈਂ ਤੇ ਉਸ ਭਾਂ ਜੀ ਰੋਟੀ ਖਾਣ ਚੱਲੇ ਆ। ਕਹਾਂ ਜੀ ਹਾਂਜੀ ਹਾਂਜੀ, ਪਹਿਲਾਂ ਮੈਂ ਕਿਹਦਾ ਆ ਗਿਆ ਗੁਰਦਾਸਪੁਰ ਲਾਈਨ ਤੇ ਚੋਲਾ ਸਾਹਿਬ ਕੋਪੀ ਫੁੱਟਬਾਲ ਪ੍ਰਦਾਨ ਹੋਇਆ ਜੋ ਸਟਾਰ ਹੋ ਗਿਆ ਟੀਮ ਲਾਈਨ ਤੇ ਗੁਰਦਾਸਪੁਰ ਸਾਡੇ ਕੋਪੀ ਤੇ ਲੱਗੇ ਸਕੂਲ ਆ, ਸਕੂਲ 'ਚ ਚੱਲੇ ਆ ਰੋਟੀ ਖਾਣ। ਥਾਲੀ ਭਰ ਲਿੱਤੀ ਗਈ ਆ ਜੀ, ਲੰਗਰ ਕਾਫੀ ਵੱਡਾ ਲੱਗਦਾ ਬਾਬੇ ਦਾ। ਅਤੇ ਕਿੱਡੀ ਲੰਮੀ ਲਾਈਨ ਲੱਗੀ ਸੀ, ਰੋਟੀ ਖਾ ਕੇ ਫਿਰ ਬਣਾਵਾਂਗੇ ਵੀਡੀਓ ਆਪਾਂ ਹੁਣ। ਹਾਂਜੀ, ਅਤੇ ਗਰਾਊਂਡ ਦੇ ਵਿੱਚ ਚੱਲੇ ਹਾਂ, ਅਤੇ ਟਾਈਆਂ ਦੁਬਾਰਾ ਪਈਆਂ ਸੀ। ਅਤੇ ਹੁਣ ਪਹਿਲਾ ਮੈਚ ਚੋਲਾ ਸਾਹਿਬ ਅਤੇ ਸੁਰਖਪੁਰ ਦੇ ਵਿਚਕਾਰ ਆ, ਅਤੇ ਸਾਰੇ ਗਰਾਊਂਡ ਜਾਂਦੇ ਹੁਣ ਤੁਹਾਡੀ ਬਾਣੀ ਆਪਣੇ ਸੜਕ ਦੇ ਨਾਲ ਹੀ ਆ ਗਰਾਊਂਡ ਅੱਜ। ਸਭ ਦਾ ਧੰਨਵਾਦ ਹੈ, ਬਹੁਤ ਵੱਡਾ ਪਿਆਰ ਜਿਹੜਾ ਕਬੱਡੀ ਨੂੰ ਦਿੱਤਾ ਜਾ ਰਿਹਾ ਹੈ। ਉੱਧਰ ਅੱਜ ਦੇ ਹਸੀਨ ਪੱਲਾ ਨੂੰ ਕੈਮਰਾ ਬੰਦ ਕੀਤਾ ਜਾ ਰਿਹਾ, ਦੁਨੀਆ ਭਰ ਦੇ ਵਿੱਚ ਅਜਮੇਰ ਕਨੇਡਾ, ਪਵਿੱਤਰ ਕਨੇਡਾ ਦੇ ਨੰਦੂ ਪੁਰਤਗਾਲ, ਉਹਨਾਂ ਵੱਲੋਂ ਪਹਿਲੀ ਰੇਡ ਮੱਖਣ ਦੀ 2100 ਦਿੱਤਾ ਜਾਵੇਗਾ। 2100 ਦੀ ਪਹਿਲੀ ਰੇਡ ਕਹਿੰਦੇ ਦਵਿੰਦਰ ਆਇਆ ਵੀਰ ਸਾਡਾ ਚੋਟੀ ਚ, ਬਾਪ ਨੂੰ ਕਹਿੰਦੇ ਪਿੰਡ ਦੇ ਧੱਕੇ
ਜਿਹੜਾ ਸਰਪੰਚੀ ਦਿੱਤੀ ਹੈ ਉਹ ਪੁੱਤ ਕਹਿੰਦੇ ਕੌਡੀ ਦਾ ਸਟਾਰ ਆਏ ਉੱਪਰ ਕਹਿੰਦੇ ਰੇਸ਼ਮ ਰੇਡ ਪਾ ਰਿਹਾ ਹੈ ਪ੍ਰਾਚੇ ਕਰਗਲ ਮੁੰਡੇ ਦੀ ਓ ਰੇਸ਼ਮ ਦੀ ਕਬੱਡੀ ਏ ਪਰ ਲਖਣ ਦਾ ਸਾਰਾ ਅੱਜੋ ਦੇ ਮੁੰਡੇ ਦੇ ਉੱਸੇ ਆ ਉੱਧਰ ਕਹਿੰਦੇ ਸਾਡਾ ਵੀਰ ਲਵਪ੍ਰੀਤ ਰੋਟਾਵੇਟਰ ਬੜਾ ਪਿਆਰਾ ਵੀਰ ਹੈ ਰੋਟਾਵੇਟਰ ਵੀ ਆਇਆ ਹੋਇਆ ਹੈ ਜਿਹਦੇ ਵੀਰ ਨੇ ਸਭ ਦਾ ਧੰਨਵਾਦ ਜੋ ਖੇਡ ਰਹੇ ਉਹਨਾਂ ਦਾ ਧੰਨਵਾਦ ਜੋ ਨਹੀਂ ਖੇਡ ਰਹੇ ਉਹਨਾਂ ਦਾ ਵੀ ਧੰਨਵਾਦ ਗੁੱਸਾ ਨੇ ਸਾਡੀ ਮਾਂ ਖੇਡ ਕਬੱਡੀ ਦਾ ਉੱਧਰ ਕਹਿੰਦੇ ਸ਼ੰਕਰ ਨੇ ਹਰਮਨ ਨੂੰ ਪਤਾ ਨਹੀਂ ਕੀ ਕਹਿਣਾ ਉਹ ਬੱਲੇ 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 मखण सिंह मखी आ गया कबड्डी पाने जगमोर सिंह नाम पर मां प्यार मखी मखी कहती है मेरे वीरो पर पॉइंट वेखा गे कि हिस्से है चोटी का मैच तकड़ा मैच खेडा जा रहा है स्नान कर दिता मखी दिया तीन पै गई 1100 लाओ सामने कबड्डी पाउंड ने महमदवाल की धरती का चोता है चार गभरू है आ नौजवान 75 सिंह जलालपुरी का इंस्पेक्टर का पुत हरमन जलालपुरी एक डा के खड़ गया लगता हुआ यार बल्ले बल्ले होंगी हुई उधर देखा की गल बनती वीर ने जिंदगी का नाम ने बड़े प्यार ने बड़े सत्कार ने बलोदमा ने बड़े बड़के ने ताकर ने जोता जोता पे हाँ जी बई तो मैच खत्म हो गया हमें ग्राउंड तो बहर आए हैं तो अरिपोला साहब की टीम मैच लूज कर गई है तो हूँ अज का लोग बस इतों तय हुई हैं तो मिलते हैं अगली वीडियो तो तक सारे वीरां नूं प्यार भरी सत श्री अकाल जी।